ਹੇ ਫਰੈਂਡਸ, ਵੈਲਕਮ ਟੂ ਐਨ ਟੀ ਐਨ ਐਸ ਐਗਜ਼ਾਮ। ਇਹ ਚੈਨਲ ਮੈਂ ਖਾਸ ਤੌਰ 'ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਨ ਟੀ ਏ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਅਤੇ ਇੱਥੇ ਆ ਕੇ ਆਪਣੇ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ। ਅਤੇ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਦੇਖਣਾ ਐਂਡ ਇੱਥੇ ਜਿੰਨੀ ਵੀ ਵੀਡੀਓਜ਼ ਨੇ ਉਹਨੂੰ ਧਿਆਨ ਨਾਲ ਸੁਣਨਾ। ਸੋ ਸ਼ੁਰੂ ਕਰਦੇ ਹਾਂ ਇਹਦਾ ਲੈਸਨ। ਸੋ ਸਭ ਤੋਂ ਪਹਿਲਾਂ ਸਾਡੇ ਕਾਵਿ ਰੂਪ ਜਿਹੜੇ ਚੱਲ ਰਹੇ ਨੇ ਗੁਰਮਤਿ ਕਾਵਿ ਦੇ, ਉਹ ਕੰਪਲੀਟ ਕਰਵਾ ਲੈਂਦੇ ਹਾਂ। 12ਵਾਂ ਦੇ ਬਾਰੇ ਅੱਜ ਅਸੀਂ ਪੜ੍ਹਾਂਗੇ ਅਤੇ ਇਸ ਤੋਂ ਨਾਲ ਰਿਲੇਟਡ ਜਿਹੜੇ ਕਾਵਿ ਰੂਪ ਹੈਗੇ ਨੇ ਉਹਨਾਂ ਬਾਰੇ ਵੀ। 12 ਮਹੀਨਿਆਂ ਦੇ ਨਾਲ ਰਿਲੇਟਡ ਜਿਹੜੀ ਚੀਜ਼ ਹੁੰਦੀ ਆ ਉਹਨੂੰ 12ਵਾਂ ਕਿਹਾ ਜਾਂਦਾ ਹੈਗਾ ਵਾ। ਇਸ ਦੇ ਵਿੱਚ ਜਿਹੜੇ ਅਸੀਂ ਦੇਸੀ ਮਹੀਨੇ ਆ ਉਸਦੇ ਅਕੋਰਡਿੰਗ ਹੀ ਇਹ ਦੱਸੇ ਜਾਂਦੇ ਨੇ। ਜਿਵੇਂ ਚੇਤਰ ਤੋਂ ਫੱਗਣ ਦਾ ਕਵੀ ਦੁਆਰਾ ਆਪਣੇ ਮਨੋਭਾਵਾਂ ਨੂੰ ਦਰਸਾਇਆ ਜਾਂਦਾ ਹੈ। ਜੋ ਵੀ ਆਪਣੇ ਨਹੀਂ ਕਹਿ ਲਓ ਕਿ ਜੋ ਵੀ ਇਸਤਰੀ ਰੂਪ ਵਿੱਚ ਜੋ ਹਰ ਇੱਕ ਮਹੀਨੇ ਦੇ ਨਾਲ ਰਿਲੇਟਡ ਉਸਦਾ ਜੋ ਫੀਲ ਕਰਦੀ ਹੈ ਉਸਨੂੰ ਮਹੀਨਿਆਂ ਦੇ ਨਾਲ ਰਿਲੇਟ ਕਰਕੇ ਦੱਸਿਆ ਜਾਂਦਾ ਹੈ। 2 ਵਾਰਮਾਂ ਸਾਨੂੰ ਮਿਲਦੇ ਨੇ। ਇੱਕ ਤਾਂ ਗੁਰੂ ਨਾਨਕ ਦੇਵ ਜੀ ਦਾ 12ਵਾਂ ਜਿਹੜਾ ਹੈਗਾ ਰਾਗ ਤੁਖਾਰੀ ਵਿੱਚ ਦਰਜ ਹੈ, ਜਿਸ ਵਿੱਚ ਜੀਵ ਰੂਪੀ ਇਸਤਰੀ ਦੀ ਆਪਣੇ ਪਤੀ ਰੂਪੀ ਪਰਮਾਤਮਾ ਦੇ ਵਿਛੋੜੇ ਦੀ ਤੜਫ ਨੂੰ ਬਿਆਨ ਕੀਤਾ ਗਿਆ ਹੈ। ਅਤੇ 2ਵਾਂ ਸਾਨੂੰ ਰਾਗ ਮਾਝ ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਆ ਮਿਲਦਾ ਹੈ। ਹੁਣ ਦੇਖ ਲਓ ਕਿਹੜਾ ਕਿਹੜਾ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਆ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਆ। ਸੋ ਉਸ ਦੇ ਵਿੱਚ ਉਹ 12 ਮਹੀਨਿਆਂ ਦੇ ਨਾਲ ਰਿਲੇਟਡ ਜੋ ਤੜਫ ਹੈ, ਜੋ ਪੀੜਾ ਹੈ, ਉਹ ਬਿਆਨ ਕੀਤਾ ਗਿਆ ਉਸਨੂੰ। ਉਸ ਤੋਂ ਬਾਅਦ ਆ ਜਾਂਦਾ ਰੁੱਤੀ। ਰੁੱਤੀ ਤੋਂ ਮਤਲਬ ਰੋਤੀ ਹਿਲਾ ਲਓ ਤੁਸੀਂ। ਸੋ ਇਹ ਰੁੱਤਾਂ ਦੇ ਨਾਲ ਰਿਲੇਟਡ ਹੈ। ਕਾਵਿ ਰੂਪ ਵਿੱਚ ਸਾਲ ਦੀਆਂ 6 ਰੁੱਤਾਂ, ਜਿਵੇਂ ਜੋ ਵੀ ਸਾਡੇ ਕੋਲ ਬਸੰਤ, ਗ੍ਰੀਸ਼ਮ, ਸਰਦ, ਸੋ ਇਹਨਾਂ ਜਿਹੜੇ 6 ਰੁੱਤਾਂ ਦੇ ਨਾਲ ਇਹ ਰਿਲੇਟਡ ਹੁੰਦਾ ਵਾ, ਜਿਸ ਦੇ ਵਿੱਚ ਮਨੁੱਖੀ ਜੀਵਨ ਦੇ ਦੁੱਖਾਂ ਸੁੱਖਾਂ ਦੇ ਭਾਵਾਂ ਨੂੰ ਪੇਸ਼ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਦਾ ਰੁੱਤੀ ਕਾਵਿ ਰੂਪ ਰਾਮਕਲੀ ਰਾਗ ਵਿੱਚ ਮੌਜੂਦ ਹੈ ਅਤੇ ਰੁੱਤੀ ਮਹੱਲਾ 5ਵਾਂ ਦੇ 8 ਬੰਦ ਹਨ ਅਤੇ ਹਰ ਦੀ ਬੰਦ ਦੀਆਂ 6 ਤੁੱਕਾਂ ਹਨ। ਇਸ ਵਿੱਚ ਗੁਰੂ ਜੀ ਨੇ 6 ਰੁੱਤਾਂ ਦੇ ਆਧਾਰ 'ਤੇ ਦੱਸਿਆ ਗਿਆ ਹੈ ਕਿ ਹਰ ਉਹ ਸੁਹਾਵਣੀ ਅਤੇ ਅਨੁਕੂਲ ਹੁੰਦੀ ਹੈ ਜਿਸ ਦੇ ਵਿੱਚ ਅਸੀਂ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਥਿੱਤੀ। ਚੰਦਰਮਾ ਦੀਆਂ ਤਰੀਕਾਂ ਦੇ ਹਿਸਾਬ ਨਾਲ ਏਕਮ ਤੋਂ ਅਮਾਵਾਸਾ 15 ਰਾਤਾਂ ਦੇ ਆਧਾਰ 'ਤੇ ਲਿਖਿਆ ਕਾਵਿ ਰੂਪ ਥਿੱਤੀ ਅਖਵਾਉਂਦਾ ਹੈ। ਥਿੱਤੀ ਦਾ ਮਤਲਬ ਤਿਥੀ ਨਹੀਂ ਕਹਿ ਦਿੰਦੇ ਅਸੀਂ, ਥਿੱਤੀ ਉਹ ਆ ਜਾਂਦੇ ਵਾ। ਗੁਰੂ ਨਾਨਕ ਦੇਵ ਜੀ ਦਾ ਥਿੱਤੀ ਕਾਵਿ ਰੂਪ ਰਾਗ ਬਿਲਾਵਲ ਵਿੱਚ ਮੌਜੂਦ ਹੈ ਅਤੇ ਉਹਨਾਂ ਨੇ ਪਰਮਾਤਮਾ ਦੇ ਘੱਟ ਘੱਟ ਵਿੱਚ ਸਮਾਏ ਹੋਣ ਬਾਰੇ ਆਦੇਸ਼ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਦਾ ਕਾਵਿ ਰੂਪ 20 ਬੰਦਾਂ ਵਿੱਚ ਹੈ। ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਦੀ ਇੱਕ ਥਿੱਤੀ ਰਚਨਾ ਗੌੜੀ ਵਿੱਚ ਮਿਲਦੀ ਹੈ ਜਿਸ ਵਿੱਚ ਪਰਮਾਤਮਾ ਦਾ ਸਿਮਰਨ ਅਤੇ ਜਸ ਕਰਨ ਦਾ ਉਪਦੇਸ਼ ਦਿੱਤਾ ਗਿਆ। ਉਸ ਤੋਂ ਬਾਅਦ ਆਉਂਦਾ 7ਵਾਂ, ਜਾਣੀ ਕਿ 12 ਦੇ ਆਧਾਰ 'ਤੇ। ਇਸ ਦੇ ਵਿੱਚ ਜੋ ਵੀ ਰੁੱਤਾਂ ਮਹੀਨਿਆਂ ਦੇ ਨਾਲ ਰਿਲੇਟਡ ਉਹ ਇਸ ਦੇ ਵਿੱਚ ਦੱਸੇ ਗਏ ਨੇ ਇਕੱਠੇ। ਕਾਵਿ ਰੂਪ ਵਿੱਚ ਹਫ਼ਤੇ ਦੇ 7 ਦਿਨਾਂ ਬਾਰੇ ਗੱਲ ਕੀਤੀ ਗਈ ਆ। ਉਹਨਾਂ ਦੇ ਆਧਾਰ 'ਤੇ ਵਿਸ਼ਵਾਸ ਭਾਵਨਾ ਨੂੰ ਪ੍ਰਗਟਾਇਆ ਗਿਆ ਹੈ। ਇਸ ਵਿੱਚ ਗੁਰੂ ਅਮਰਦਾਸ ਜੀ ਨੇ ਦੱਸਿਆ ਹੈ ਕਿ ਰਾਗ ਬਿਲਾਵਲ ਵਿੱਚ ਇਸਦੀ ਉਹਨਾਂ ਨੇ ਕੀਤੀ ਹੈਗੀ ਹੈ, ਵਰਤੋਂ ਕੀਤੀ ਆ। ਕਿ ਜਿਵੇਂ ਹੁਣ ਅਸੀਂ ਕਹਿੰਦੇ ਹਾਂ ਕਿ ਕੋਈ ਚੰਗਾ ਦਿਨ ਹੈਗਾ, ਕੋਈ ਮਾੜਾ ਦਿਨ ਹੈ, ਇਸ ਦਿਨ ਨਹਾਉਣਾ ਨਹੀਂ, ਇਸ ਦਿਨ ਕੱਪੜੇ ਨਹੀਂ ਧੋਣੇ। ਸੋ ਉਹਨਾਂ ਨੇ ਕਿਹਾ ਕਿ ਹਰ ਇੱਕ ਦਿਨ ਚੰਗਾ ਹੁੰਦਾ, ਬਸ ਇਹ ਮਨੁੱਖ ਦੀ ਸੋਚ ਹੁੰਦੀ ਹੈ ਕਿ ਉਸਨੂੰ ਬੁਰਾ ਬਣਾ ਦਿੰਦਾ। ਰੱਬ ਨੇ ਤਾਂ ਹਰ ਇੱਕ ਦਿਨ ਨੂੰ ਚੰਗਾ ਹੀ ਦੱਸਿਆ ਹੈ। ਉਸ ਤੋਂ ਬਾਅਦ ਇਹਦਾ ਪਹਿਰੇ। ਇਹ ਕਾਵਿ ਰੂਪ ਮਨੁੱਖੀ ਜੀਵਨ ਨੂੰ ਵੰਡਿਆ ਗਿਆ ਹੈ, ਜਿਵੇਂ ਇੱਕ ਬਚਪਨ ਲੈ ਲਓ, ਜਵਾਨੀ ਲੈ ਲਓ, ਫਿਰ ਬੁਢਾਪਾ ਲੈ ਲਓ। ਸੋ ਇਸ ਨੂੰ ਮਨੁੱਖੀ ਜੀਵਨ ਨੂੰ ਇਸਦੇ ਵਿੱਚ ਵੰਡਿਆ ਗਿਆ ਹੈਗਾ ਵਾ ਅਤੇ 4 ਪਹਿਰਾਂ ਵਿੱਚ ਉਹਨਾਂ ਨੇ ਇਸਦੀ ਵੰਡ ਕੀਤੀ ਗਈ ਹੈ। ਹੁਣ ਕਿਹੜੇ ਕਿਹੜੇ ਗਏ? ਬਚਪਨ, ਜਵਾਨੀ, ਢਲਦੀ ਉਮਰ ਅਤੇ ਬੁਢਾਪੇ ਦੇ ਅਧਿਆਤਮਕ ਵਿਚਾਰਾਂ ਨੂੰ ਪੇਸ਼ ਕੀਤਾ ਹੈ ਉਸਦੇ ਆਧਾਰ 'ਤੇ ਕਿ ਕਿਵੇਂ ਮਨੁੱਖ ਦੀ ਜਦੋਂ ਸੋਚ ਬਦਲਦੀ ਹੈ, ਜਦੋਂ ਆਪਣੇ ਸ਼ੁਰੂਆਤ ਹੁੰਦੀ ਉਸਦੇ ਜੀਵਨ ਦੀ, ਉਸ ਤਰ੍ਹਾਂ ਉਹ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਬਿਆਨ ਕਰਦਾ ਹੈ, ਫਿਰ ਉਸ ਤੋਂ ਬਾਅਦ ਜਦੋਂ ਉਹ ਜਵਾਨੀ ਵਿੱਚ ਆਉਂਦਾ ਕਿਸ ਤਰ੍ਹਾਂ ਦਾ ਕੰਮ ਕਰਦਾ ਹੈ, ਕਿ ਉਸਦੇ ਕੋਲ ਟਾਈਮ ਹੀ ਨਹੀਂ ਹੁੰਦਾ ਨਾਮ ਜਪਣ ਦਾ। ਬਟ ਜਦੋਂ ਉਸਦੀ ਉਮਰ ਢਲਦੀ ਜਾਂਦੀ ਹੈ, ਉਸਦੇ ਵਿੱਚ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ, ਤਾਂ ਉਹ ਇਹ ਸਮਝਣ ਲੱਗ ਪੈਂਦਾ ਵਾ ਕਿ ਹਾਂ ਰੱਬ ਨੂੰ ਧਿਆਉਣਾ ਚਾਹੀਦਾ, ਕਿਉਂਕਿ ਹਰ ਇੱਕ ਬੰਦੇ ਦਾ ਇਹੋ ਟਾਈਮ ਹੁੰਦਾ ਕਿ ਉਹ ਰੱਬ ਨੂੰ ਆਪਣੇ ਕੋਲ ਬੁਲਾਵੇ, ਉਸਦੇ ਨਾਲ ਜੁੜੇ। ਸੋ ਉਹਨਾਂ ਨੇ ਇਹਨੂੰ 4 ਆਧਾਰ 'ਤੇ ਵੰਡਿਆ ਗਿਆ। ਉਸ ਤੋਂ ਬਾਅਦ ਇਹਨੂੰ ਦਿਨ ਰਹਿਣ, ਰਾਤ ਅਤੇ ਦਿਨ ਦੇ ਬਾਰੇ ਇਸਦੇ ਵਿੱਚ ਗੱਲ ਕੀਤੀ ਗਈ ਆ। ਗੁਰੂ ਅਰਜਨ ਦੇਵ ਜੀ ਦੁਆਰਾ ਮਾਝ ਰਾਗ ਵਿੱਚ ਜੀਵਨ ਦੇ ਦਿਨ ਅਤੇ ਰਾਤ ਦੇ ਮੌਕਿਆਂ 'ਤੇ ਪਰਮਾਤਮਾ ਨੂੰ ਯਾਦ ਰੱਖਣ ਦਾ ਉਹਨਾਂ ਨੇ ਉਪਦੇਸ਼ ਦਿੱਤਾ ਹੋਇਆ ਹੈ। ਸੋ ਇਹ ਸੀ ਮੇਰਾ ਜਿਹੜਾ ਕੋਰਸ, ਅਤੇ ਨਾਲ ਦੇ ਨਾਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਮੈਂ ਅਨ ਅਕੈਡਮੀ ਦੇ ਉੱਤੇ ਵੀ ਇੱਕ ਐਜੂਕੇਟਰ ਹਾਂ ਪੰਜਾਬੀ ਦੀ। ਕਾਫੀ ਕੋਰਸਿਸ ਚੱਲ ਰਹੇ ਨੇ, ਹੁਣ ਮੇਰਾ ਵਾਰਤਕ ਦਾ ਕੋਰਸ ਸ਼ੁਰੂ ਹੋਣ ਲੱਗਾ ਹੈ, ਤੁਸੀਂ ਉੱਥੇ ਜਾ ਕੇ ਮੇਰੀ ਵੀਡੀਓਜ਼ ਦੇਖ ਸਕਦੇ ਹੋ। ਲਿੰਕ ਜਿਹੜਾ ਹੈਗਾ ਮੇਰੀ ਆਈਡੀ ਦਾ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਹੈ, ਅਤੇ ਤੁਸੀਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ, ਕਿਉਂਕਿ ਇੱਥੇ ਮੈਂ ਇੰਪੋਰਟੈਂਟ ਨੋਟੀਫਿਕੇਸ਼ਨ ਜਿਹੜੇ ਹੁੰਦੇ ਆ ਉਹ ਮੈਂ ਅਪਲੋਡ ਕਰਦੀ ਰਹਿੰਦੀ ਹਾਂ। ਨਾਲ ਦੇ ਨਾਲ ਤੁਸੀਂ ਬੈਲ ਆਈਕਨ ਨੂੰ ਦਬਾ ਲਿਓ, ਅਗਰ ਕੁਛ ਵੀ ਪੁੱਛਣਾ ਹੋਵੇ ਕਮੈਂਟ ਕਰਕੇ ਪੁੱਛ ਸਕਦੇ ਹੋ। ਥੈਂਕ ਯੂ।